ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਸਾਜਦ ਵਿਰਕ, ਤੁਸੀਂ ਵੇਖ ਰਹੇ ਜੇ ਯੂਟਿਊਬ ਚੈਨਲ ਮੇਰਾ ਸਾਹੀਵਾਲ ਟੀਵੀ। ਜਿਵੇਂ ਕਿ ਜਨਾਬ, ਮੈਂ ਵੀਰਾਂ ਵਾਸਤੇ ਹਰ ਰੋਜ਼ ਕੋਸ਼ਿਸ਼ ਕਰਦਾ ਅੱਛੇ ਤੇ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹਾਂ। ਇਸੇ ਤਰ੍ਹਾਂ ਰੋਜ਼ ਨਿਸਬਤ ਐਸੇ ਜਨਾਬ ਦੋਸਤਾਂ ਵਾਸਤੇ ਆਊਟ ਕਲਾਸ ਪੀਸ ਵੀਰਾਂ ਦੋਸਤਾਂ ਵਾਸਤੇ ਲੈ ਕੇ ਹਾਜ਼ਰ ਹੋਏ। ਉਮੀਦ ਕਰਾਂਗੇ ਹਰ ਰੋਜ਼ ਤਰ੍ਹਾਂ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ। ਇਸ ਤੋਂ ਪਹਿਲਾਂ ਤੁਹਾਨੂੰ ਜਨਮ ਦੀ ਕਰਕੇ ਤਸੱਲੀਆਂ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਨਾਲ ਲੱਗੇ ਬੈਲ ਆਈਕਨ ਨੂੰ ਕਰਨਾ ਪ੍ਰੈਸ, ਤਾਂ ਕਿ ਸਾਡੇ ਇੱਕ ਅੱਛੀ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮੇਰੇ ਵੀਰਾਂ ਦੋਸਤਾਂ ਤੱਕ ਜਾਏ। ਜਨਾਬ ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ, ਜਿਵੇਂ ਮੇਰੇ ਵੀਰ ਦੋਸਤ ਜਾਣਦੇ ਨੇ, ਜਨਾਬ ਮੇਰਾ ਸਾਹੀਵਾਲ ਟੀਵੀ ਦੀ ਹਮੇਸ਼ਾ ਹੀ ਫਸਟ ਕਿ ਅਵਲੀਨ ਤਰਜੀਹ ਰਹੀ ਹੈ ਅੱਛੇ ਤੇ ਮਿਆਰੀ ਤੇ ਖੂਬਸੂਰਤ ਜਾਨਵਰ ਦੀ ਰਹੀ ਹੈ। ਜਨਾਬ ਇਨਸ਼ਾਅੱਲਾ ਜਿਹੜਾ ਅੱਜ ਅਸੀਂ ਲੈ ਕੇ ਆਏ ਹਾਂ, ਗੱਲੀ ਬਾਤ ਹੀ ਨਿਲਣੀ, ਫੈਸਲਾ ਤੁਸੀਂ ਆਪ ਕਰਨਾ ਹੈ। ਕੈਮਰੇ ਤੁਹਾਨੂੰ ਜਾਨਵਰ ਵਿਖਾਵਾਂਗੇ ਤੇ ਜਨਾਬ ਇਨਸ਼ਾਅੱਲਾ ਉਮੀਦ ਕਰਾਂਗੇ ਵੀਰਾਂ ਨੂੰ ਸਾਡੀ ਜਿਹੜੀ ਅੱਜ ਵਾਲੀ ਵੀਡੀਓ ਵੀ ਪਸੰਦ ਆਏਗੀ ਤੇ ਫੈਸਲਾ ਕਰਕੇ ਤੁਸੀਂ ਕਮੈਂਟ ਵਿੱਚ ਲਾਜ਼ਮੀ ਦੱਸਣਾ ਕਿ ਵਾਕਈ ਇਹ ਬ੍ਰਾਂਡ ਹੈ। ਜਨਾਬ ਮੇਰਾ ਕੈਮਰਾਮੈਨ ਜਾਨਵਰ ਦੀ ਤੁਹਾਨੂੰ ਕਰਾਉਂਦਾ ਤਸੱਲੀ, ਬਾਕੀ ਸਭ ਡਿਟੇਲ ਲਵਾਂਗੇ ਮਾਲਕਾਂ ਤੋਂ। ਸਭ ਤੋਂ ਪਹਿਲਾਂ ਜਨਾਬ ਜਾਨਵਰ ਦੀ ਤੁਸੀਂ ਓਰੀਜਨਲ ਜਿਹੜੀ ਹਾਈਟ ਚੈੱਕ ਕਰਨੀ ਹੈ, ਅੱਲਾ ਦੇ ਫਜ਼ਲ ਨਾਲ ਫੁੱਲ ਹਾਈਟ ਵਾਲਾ ਜਾਨਵਰ ਇਨਸ਼ਾਅੱਲਾ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਕਰਵਾ ਰਿਹਾ, ਕੋਈ ਜ਼ੂਮ ਨਹੀਂ ਕੀਤਾ ਹੋਇਆ। ਓਰੀਜਨਲ ਜਿਹੜੀ ਹਾਈਟ ਹੈ ਜਿਹੜੀ ਜਾਨਵਰ ਦੀ ਉਹ ਤੁਹਾਡੇ ਸਾਹਮਣੇ ਹੈ। ਬੰਦੇ ਤੋਂ ਉੱਚੀ ਹਾਈਟ ਵਾਲਾ ਜਾਨਵਰ ਇਨਸ਼ਾਅੱਲਾ ਜਿਹੜਾ ਤੁਹਾਡਾ ਵੀਰ ਅੱਜ ਲੈ ਕੇ ਹਾਜ਼ਰ ਹੋਇਆ, ਅੱਲਾ ਦੇ ਫਜ਼ਲ ਨਾਲ ਐਡੇ ਖੂਬਸੂਰਤ ਜਾਨਵਰ ਤੇ ਐਡੇ ਅਡਰ ਕੁਆਲਿਟੀ ਵਾਲੇ ਜਾਨਵਰ ਬਹੁਤ ਹੀ ਜਨਾਬ ਤੁਹਾਨੂੰ ਵੇਖਣ ਨੂੰ ਕੰਮ ਮਿਲਦੇ ਹੋਣਗੇ। ਅਡਰ ਤੁਸੀਂ ਮੇਰੇ ਵੀਰਾਂ ਦੋਸਤਾਂ ਨੇ ਚੈੱਕ ਕਰਨਾ ਜਨਾਬ, ਅੱਲਾ ਦੇ ਫਜ਼ਲ ਨਾਲ ਗੱਲੀ ਬਾਤੇ ਨਾਲ ਨਹੀਂ ਜਨਾਬ, ਪੰਜ ਉਂਗਲਾਂ ਪੰਜ ਪੰਜ ਇੰਚੀ ਜਨਾਬ ਜਿਹੜਾ ਹਵਾਨਾ ਹੈ, ਪੱਟਾਂ 'ਚੋਂ ਬਾਹਰ ਕੱਢੀ ਫਿਰਦੀ ਹੈ ਵੈਰੀ ਤੇ ਜਨਾਬ ਜਿਹੜਾ ਅਬਡੋਮੀਨਲ ਤੋਂ ਸਟਾਰਟ ਹੋ ਗਏ, ਜਨਾਬ ਜਿਹੜਾ ਹਵਾਨਾ ਪਿੱਛੋਂ ਤੱਕ ਜਾ ਰਿਹਾ, ਇਹਨੂੰ ਆਉਂਦੇ ਨੇ ਜਨਾਬ ਥੱਬਿਆਂ ਦੇ ਹਵਾਨੇ, ਗੱਲੀ ਬਾਤੀ ਨਾਲ ਨਹੀਂ। ਇਹ ਨਹੀਂ ਅਸੀਂ ਆਉਂਦੇ ਜਨਾਬ ਮਸ਼ਕ ਜਿੱਡੇ ਹਵਾਨੇ, ਲੋਕ ਬੜੇ ਆਉਂਦੇ ਨੇ ਜਨਾਬ ਮਸ਼ਕ ਜਿੱਡੇ ਹਵਾਨੇ, ਇਹਨੂੰ ਆਉਂਦੇ ਨੇ ਜਨਾਬ ਥੱਬਿਆਂ ਦੇ ਤੇ ਮਸ਼ਕ ਜਿੱਡੇ ਹਵਾਨੇ। ਚੋਂ ਨੁਕਰਾਂ ਤੋਂ ਜਨਾਬ ਪੂਰਾ ਹਵਾਨਾ ਤੇ ਜਨਾਬ ਬੈੜ ਦੋ ਦੋ ਫੁੱਟ ਲੱਤਾਂ ਚੌੜੇ ਕਰਕੇ ਖੜੀ ਹੈ ਤੇ ਜਨਾਬ ਹਵਾਨੇ ਦੀ ਗੁੰਜਾਇਸ਼ ਤੁਸੀਂ ਵੇਖ ਸਕਦੇ ਜੇ, ਹਵਾਨੇ ਜਿਹੜੀ ਫਲੈਕਸੀਬਿਲਿਟੀ ਹੈ ਉਹ ਜੇ ਕਾਫੀ ਹੈ, ਕਾਫੀ ਗੁੰਜਾਇਸ਼ ਪਈ ਹੈ। ਇਨਸ਼ਾਅੱਲਾ ਅੱਲਾ ਦੇ ਫਜ਼ਲ ਨਾਲ ਮਾਲਕਾਂ ਦੇ ਬਕੌਲ ਜਦੋਂ ਆਉਂਦੇ ਸਕੂਲ ਦੇ ਨੇੜੇ ਜਾਣਾ ਤੋਂ ਬਹਿਣਾ ਉੱਠਣਾ ਮੁਸ਼ਕਿਲ ਹੋ ਜਾਣਾ, ਐਡਾ ਹੈ ਆਊਟ ਕਲਾਸ ਫੀਸ ਤੁਸੀਂ ਜਾਣਾ। ਇਨਸ਼ਾਅੱਲਾ ਹਮੇਸ਼ਾ ਤੁਸੀਂ ਵੇਖਿਆ ਨਾ ਮੇਰਾ ਸਾਹੀਵਾਲ ਟੀਵੀ ਤੇ ਤੁਰਨ ਫਿਰਨ ਵੀ ਜਨਾਬ ਫੋਲਾ ਨੇ, ਕੋਈ ਮਰੋੜ ਨਹੀਂ, ਕੋਈ ਕੁਛ ਨਹੀਂ ਜਨਾਬ। ਜਾਨਵਰ ਦੀ ਜਨਾਬ ਤੁਸੀਂ ਕਰਨ ਥੱਲੀ, ਬਾਕੀ ਜਨਾਬ ਕਿਨਵਾ ਸੁਬਹ ਸੋਣਾ ਨੇ ਜਨਾਬ, ਮੂੰਹ ਕਿਵੇਂ ਸਾਫ਼ ਕਰ ਕਾਟ ਕੀ ਹੈ ਸਭ ਜਨਾਬ ਥੱਲੀ ਕਰਕੇ ਦੇਵਾਂਗੇ ਮਾਲਕਾਂ ਤੋਂ, ਗੱਲਾਂ ਸਾਂਝੀਆਂ ਕਰਾਂਗੇ ਮਾਲਕਾਂ ਤੋਂ, ਤਸੱਲੀ ਤੁਸੀਂ ਆਪ ਕਰ ਲੈਣੀ ਹੈ। ਮਿਲਕ ਮਿਰਰ ਤੁਸੀਂ ਦੇਖ ਸਕਦੇ ਜੇ, ਖੱਬੇ ਜਿੱਡਾ ਹਵਾਨਾ ਜਨਾਬ, ਭਾਵਰ ਵਾਲਾ ਥਣ ਮੁੱਠ ਭਰ ਲੱਗਿਆ ਜਨਾਬ, ਰਿੱਲਾਂ ਥਣਾਂ ਦੀਆਂ ਪੂਰੀਆਂ, ਰੋਕ ਉਹ ਤੋਂ ਲੈ ਚਲੋ ਉੱਥੇ ਥਾਂ ਤੇ ਰੋਕ ਲੈ, ਉੱਠੇ ਖੁੱਡੇ ਹਰ ਕੁਛ ਜਨਾਬ ਕੈਮਰੇ ਦੀ ਨਜ਼ਰ ਦੇ ਸਾਹਮਣੇ ਫੋਨ ਪਰ ਜਨਾਬ ਪੂਰਾ ਵੇਖ ਸਕਦੇ ਤੁਸੀਂ, ਲਾਮ ਬੜੀ ਜਾਨਵਰ ਦੀ ਤੇ ਜਨਾਬ ਕੱਦ ਕਾਠ ਪੂਰਾ ਹੈ, ਲਾਮ ਬੜੀ ਨਸਲ ਜ਼ਾਤ ਚੰਗੀ ਜਨਾਬ, ਹਵਾਨੇ ਦੀ ਕੁਆਲਿਟੀ ਮੇਰੇ ਵੀਰਾਂ ਦੋਸਤਾਂ ਨੇ ਆਪੇ ਹੀ ਵੇਖ ਲੈਣੀ ਹੈ। ਬਾਕੀ ਜਿਹੜੇ ਜਾਨਵਰਾਂ ਨੂੰ ਸਮਝਦੇ ਨੇ, ਜਿਵੇਂ ਸੁਨਿਆਰਾਂ ਨੂੰ ਸੁਨਿਆਰੇ ਜਿਹੜੇ ਸੋਨੇ ਨੂੰ ਸਮਝਦੇ ਨੇ, ਜਨਾਬ ਹੀਰਾਂ ਨੂੰ ਪਰਖਣ ਵਾਲੇ ਨੇ, ਉਹ ਜਨਾਬ ਜਾਨਵਰ ਨੂੰ ਵੀ ਪਰਖ ਕੇ ਹੋਣੇ ਕਿ ਵਾਕਈ ਜਨਾਬ ਇਹ ਕੁਆਲਿਟੀ ਵਾਲਾ ਪੀਸ ਹੈ। ਚੱਪਾ ਚੱਪਾ ਕੰਨ, ਟੈਗ ਨੰਬਰ 15, ਹੌਰਲੈਸ ਬੈਟ ਜੀ, ਮੋਟੀ ਮੋਟੀ ਅੱਖ ਤੇ ਜਨਾਬ ਪੋਲ ਬਣਿਆ ਹੋਇਆ, ਬਾਕੀ ਸਭ ਕੁਛ ਜਨਾਬ ਕੈਮਰੇ ਦੇ ਵਿੱਚ ਸਾਹਮਣੇ ਜਨਾਬ ਤੁਸੀਂ ਕਰਨੇ ਨਜ਼ਾਰੇ ਲੈਣ ਦੇਣੇ ਜਨਾਬ ਨਸੀਬ। ਤੇ ਇਨਸ਼ਾਅੱਲਾ ਮੇਰੇ ਅੰਦਾਜ਼ ਮੁਤਾਬਕ ਐਸਾ ਜਾਨਵਰ ਜਨਾਬ ਤਿੰਨ ਟਾਈਮ ਚੁਆਈ ਕਰਨ ਵਾਲਾ ਜਾਨਵਰ ਹੈ। ਬਾਕੀ ਜਨਾਬ ਜਿਹੜੇ ਵੀਰ ਜਿਹੜੇ ਰੱਖਣ ਵਾਲੇ ਜਾਨਵਰ ਨੂੰ ਸਮਝਦੇ ਨੇ, ਉਹ ਅੰਦਾਜ਼ਾ ਉਹਨਾਂ ਨੂੰ ਯਕੀਨ ਹੋ ਗਿਆ ਨਾ ਕਿ ਸਮਝ ਕੋਣ ਇੰਨੇ ਜਾਨਵਰ ਨੂੰ ਕਿ ਜਾਨਵਰ ਵਾਕਈ ਬ੍ਰਾਂਡ ਹੈ, ਜਨਾਬ ਅਲੱਗ ਕੁਆਲਿਟੀ ਦਾ। ਲਾਮ ਜਾਨਵਰ ਦੀ ਵੇਖ ਸਕਦੇ ਤੁਸੀਂ ਜਨਾਬ ਜਿਵੇਂ ਆਉਂਦੇ ਨੇ ਬਲਿਆ ਜਿੱਡੀ ਲੰਮੀ ਬੈਡ, ਇਨਸ਼ਾਅੱਲਾ ਸਾਡੀ ਹਮੇਸ਼ਾ ਜਿਹੜੀ
ਅਵਲੀਨ ਤਰਜੀਹ ਰਹੀ ਹੈ ਅੱਛੇ ਤੇ ਖੂਬਸੂਰਤ ਤੇ ਮਹਿਰੇ ਜਾਨਵਰਾਂ ਦੀ। ਇਹ ਆਮ ਜਿਹੜਾ ਜਾਨਵਰ ਲੈ ਕੇ ਜਾ ਰਹੇ ਇਹ ਵਾਕਿਆ ਜਨਾਬ ਬ੍ਰੈਂਡ ਹੈ, ਇਨਸ਼ਾਅੱਲਾ ਹਮੇਸ਼ਾ ਤੁਹਾਡੇ ਵੀਰ ਨੇ ਬ੍ਰੈਂਡ ਹੀ ਵਿਖਾਇਆ ਜਨਾਬ, ਬ੍ਰੈਂਡਾਂ ਦਾ ਹੀ ਕੰਮ ਕੀਤਾ। ਇਹ ਜਨਾਬ ਤੋਹਫਾ ਵੀਰਾਂ ਵਾਸਤੇ ਜਨਾਬ, ਜਿਹੜਾ ਲੈ ਜਾਏਗਾ ਯਾਦ ਕਰੇਗਾ। ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਅੱਛੀ ਲੱਗੇ ਜਨਾਬ, ਵੀਡੀਓ ਦੇ ਦਿਨ 'ਤੇ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਬਾਕੀ ਜਨਾਬ ਹੁਣ ਗੱਲਾਂ ਬਾਤਾਂ ਸਾਂਝੇ ਕਰਾਂਗੇ ਮਾਲਕਾਂ ਨਾਲ। ਹਵਾਨਾ ਜਨਾਬ ਚੌਂ ਦੁੱਕੜਾਂ ਸਕੂਰ ਹੈ, ਉਹ ਜਾਨਵਰ ਜਨਾਬ ਹੁੰਦੇ ਨੇ, ਉਹ ਸ਼ਕਲ ਦੇ ਸੋਹਣੇ ਹੁੰਦੇ ਨੇ, ਮੂੰਹ ਸੋਹਣਾ ਹੁੰਦਾ ਜਨਾਬ, ਹਵਾਨਾ ਨਹੀਂ ਚੰਗਾ ਹੁੰਦਾ। ਅਤੇ ਜਨਾਬ ਜਿਹੜੀ ਜਾਨਵਰ ਦੀ ਜਿਹੜੀ ਖੂਬਸੂਰਤੀ ਹੁੰਦੀ ਹੈ ਉਹ ਜਨਾਬ 60% ਹਵਾਨੇ ਦੀ ਹੁੰਦੀ ਹੈ। ਜਾਨਵਰ ਜਨਾਬ ਜਿੱਦਾਂ ਵੀ ਸੋਹਣਾ ਹੋਵੇ, ਜਨਾਬ ਉਹਦਾ ਹਵਾਨਾ ਕੁਛ ਨਾ ਹੋਵੇ ਤਾਂ ਜਾਨਵਰ ਕਿਸੇ ਕੰਮ ਦਾ ਨਹੀਂ ਹੁੰਦਾ। ਅਤੇ ਅੱਲਾ ਦੇ ਫਜ਼ਲ ਨਾਲ ਜਿੱਦਾਂ ਸੋਹਣਾ ਜਾਨਵਰ ਹੈ ਉਹਦਾ ਹੀ ਲਾਜਵਾਬ ਹਵਾਨਾ ਹੈ, ਮੁਸ਼ਕ ਜਿੱਦਾਂ ਹਵਾਨਾ ਬੈੜੀ ਜਨਾਬ ਲੈ ਕੇ ਤੁਰੀ ਫਿਰਦੀ ਹੈ। ਵੇਖ ਸਕਦੇ ਜੇ ਬੜਾ ਅਸੀਲ ਸਾਉ ਜਾਨਵਰ, ਇਹਨੂੰ ਆਉਂਦੇ ਜਨਾਬ ਮੁੱਠ ਪਰ ਥਣ, ਇਹ ਹੁੰਦਾ ਮੁੱਠ ਪਰ ਥਣ। ਅਤੇ ਜਨਾਬ ਐਡਾ ਅਸੀਲ ਜਾਨਵਰ ਭਾਵੇਂ ਬੱਚੇ ਥੱਲੇ ਬੈਠੇ ਹਨ ਅਤੇ ਜਨਾਬ ਹਵਾਨੇ ਦੀ ਗੁੰਜਾਇਸ਼ ਵੀਰਾਂ ਦੋਸਤਾਂ ਨੇ ਕਰਨਾ ਚੈੱਕ ਜਨਾਬ, ਇਹ ਵੇਖ ਸਕਦੇ ਜੇ ਗੁੰਜਾਇਸ਼ ਜੇ ਕਾਫੀ ਹੈ। ਦਿਨ ਲੈ ਪੁੱਛ ਲੈਂਦੇ ਮਾਲਕਾਂ ਤੋਂ ਕਿੰਨੇ ਕੱਢੇਗੀ ਅਤੇ ਕੀ ਹਿਸਾਬ ਕਿਤਾਬ, ਮਾਲਕਾਂ ਦੇ ਬਕੌਲ ਹੈ ਜਨਾਬ ਜੇ ਸੌਣ ਦੇ ਨੇੜੇ ਜਾਣਾ ਜਾਨਵਰ ਸਾਡਾ ਰਹਿਣ ਉੱਠਣ ਮੁਸ਼ਕਲ ਹੋ ਜਾਂਦਾ। ਬਾਕੀ ਪੁੱਛ ਲੈਂਦੇ ਹਾਂ ਕਿੰਨਵਾਂ ਸੂਆ ਹੈ ਅਤੇ ਜਨਾਬ ਸਾਬਕਾ ਰਿਕਾਰਡ ਕੀ ਹੈ, ਸਭ ਗੱਲਾਂ ਡਿਟੇਲ ਲਵਾਂਗੇ ਮਾਲਕਾਂ ਤੋਂ। ਸਾਰਾ ਕੰਮ ਜਨਾਬ ਕਰਾਉਣਾ ਜਾਨਵਰ ਜਨਾਬ ਤੁਸੀਂ ਵੇਖ ਲਿਆ, ਬਾਕੀ ਆਪਾਂ ਡਿਟੇਲ ਸਾਰੇ ਲੈਣੇ ਮਾਲਕਾਂ ਤੋਂ। ਸਰ ਥੋੜ੍ਹਾ ਪਿੱਛੇ ਹੋ ਜਾਓ, ਆਓ ਸਰ। ਅਸਲਾਮ ਵਾਲੇਕਮ ਜਨਾਬ, ਸਰ ਕੀ ਹਾਲ ਚਾਲ ਨੇ? ਅਲਹਮਦੁਲਿਲਾ ਭਾਈ, ਤਬੀਅਤ ਸਿਹਤ ਠੀਕ ਨੇ ਭਾਈ? ਹਰ ਤਰ੍ਹਾਂ ਦੀ ਖੈਰ ਹੈ। ਫੈਸਲ ਭਾਈ ਪਹਿਲਾਂ ਤੇ ਦੱਸੋ ਜਿਹੜਾ ਆਪਾਂ ਜਾਨਵਰ ਖਾਇਆ ਇਹਦਾ ਸੂਆ ਕਿਨੂੰ ਹੈ? ਦੂਸਰਾ ਸੂਆ ਸੋਹਣਾ ਹੈ, ਕਿੰਨੇ ਦਿਨ ਕੱਢਦੀ ਹੈ? ਜਿਹੜੀ ਆਪਾਂ ਡੇਟ ਇਹਨੇ ਪਈ ਹੈ 8 ਦਿਨ ਲੈਂਦੀ ਹੈ, ਪਹਿਲੋ ਵੀ ਸੂ ਸਕਦੀ, 2 ਦਿਨ ਕੋਈ 2 ਦਿਨ ਉੱਤੇ ਵੀ ਲੈ ਸਕਦੇ, ਕੁਦਰਤ ਦਾ ਇੰਤਜ਼ਾਮ ਅੱਗਾ ਪਿੱਛਾ 1-2 ਦਿਨ ਹੋ ਜਾਂਦਾ, ਉੱਤੇ ਹੀ ਬਾਅਦ ਕਾ ਤੋਂ ਇਹਨਾਂ ਦੇ ਕੱਟਦੀ। ਠੀਕ ਹੋ। ਅੱਛਾ ਨਸਲ ਕਿਹੜੀ ਹੈ ਇਹ ਭਾਈ? ਜਾਨ ਫਰੀਦਮ ਤੇ ਜਰਸੀ ਦਾ ਕਰਾ। ਫਰੀਦਮ ਤੇ ਜਰਸੀ ਦਾ ਕਰਾ, ਠੀਕ। ਸਾਬਕਾ ਰਿਕਾਰਡ ਇਹਦਾ ਕੋਈ? ਸਾਬਕਾ ਪਿਛਲੇ ਸਾਲ ਜੀ ਮਾਸ਼ਾਅੱਲਾ 25-26 ਨੂੰ ਕਰਦੇ ਸੀ। ਜ਼ਬਰਦਸਤ, ਪਹਿਲੇ ਸੂਆ ਪਹਿਲਾ ਸੂਆ ਸੀ ਉਹ। ਠੀਕ ਹੋ ਗਿਆ। ਸੂਆ ਅੱਜ ਦਾ ਬਹੁਤ ਜ਼ਿਆਦਾ ਬਿਹਤਰੀ। ਠੀਕ, ਮਾਸ਼ਾਅੱਲਾ ਵੇਖਿਆ ਵੀ ਹੈ ਜਿਸ ਤਰ੍ਹਾਂ ਜਾਨਵਰ ਬਹੁਤ ਖੂਬਸੂਰਤ ਹਵਾਨਾ ਵੇਖਿਆ। ਬਿਲਕੁਲ ਜੀ, ਬਿਲਕੁਲ। 30 ਪਲੱਸ ਕਰੇਗੀ ਇਜ਼ੀਲੀ? ਇਜ਼ੀਲੀ ਕਰੇਗੀ, ਨਾਲੇ ਸੌਣ ਤੋਂ 2-4 ਦਿਨ ਪਹਿਲੇ ਚਵਾਈ ਵੀ ਸ਼ੁਰੂ ਕਰ ਲਈ ਦੀ। ਮਾਸ਼ਾਅੱਲਾ ਤੋਂ ਜਾਨਵਰ ਰੰਗ ਹੋਇਆ। ਮਾਸ਼ਾਅੱਲਾ ਜੀ, ਜ਼ਬਰਦਸਤ। ਅੱਛਾ ਨਸਲ ਕਿਹੜੀ ਇੱਥੋਂ ਦੇ ਵੀਰਾਂ ਨੇ ਵੀ ਦੱਸਦਾ ਵੀ ਨਸਲ ਕਿਹੜੀ ਆ? ਇਹ ਭਾਈ ਫਰੀਦਮ ਤੇ ਜਰਸੀ ਦਾ ਕਰਾ। ਫਰੀਦਮ ਤੇ ਜਰਸੀ ਦਾ ਕਰਾ, ਠੀਕ ਹੋ ਗਿਆ। ਅੱਛਾ ਦਿਨ ਕੱਢਦੀ ਨੇ 8, ਇਹਦਾ ਹੁਣ ਪਿਆਰ ਮੁਹੱਬਤ ਵਾਲਾ ਮੁੱਲ ਕੀ, ਮਕੂਲ ਜਿਹਾ ਜਿਹੜਾ ਆਪਾਂ ਲੈ ਲੈਣਾ? ਲੋਕਾਂ ਤਰ੍ਹਾਂ ਨਹੀਂ ਕਰਨਾ, ਮੁੱਲ ਕਰਨਾ ਮਕੂਲ ਜਿਹਾ ਆਪਾਂ। ਇਨਸ਼ਾਅੱਲਾ ਸਾਜਿਦ ਭਾਈ, ਇਹਦਾ ਮੁੱਲ 3,90,000। 3,90,000, 3,90,000 ਜੋ ਕਿ ਗੁੰਜਾਇਸ਼ ਹੋਵੇਗੀ ਕੋਈ ਵੀਰ ਦੋਸਤ ਆਪਣਾ ਆਉਂਦਾ ਬੂਹੇ ਤੇ, ਲਾੜ ਪਿਆਰ ਹੋਵੇਗਾ? ਪਹਿਲੇ ਜਾਨਵਰ ਦੇ ਹਿਸਾਬ ਨਾਲ ਤਾਂ ਬੜੀ ਗੁੰਜਾਇਸ਼ ਹੈਗੀ, ਫਿਰ ਵੀ ਕੋਈ ਥੋੜਾ ਬਹੁਤ ਪਿਆਰ ਨਹੀਂ ਬਤਾਏਗਾ। 19 ਕੀ 19 ਕੀ? 19.5। 19.5, 19-23 ਨਹੀਂ ਹੁੰਦਾ? ਨਹੀਂ। ਠੀਕ ਹੋ ਗਿਆ ਜੀ, 3,90,000 ਚ ਗੁੰਜਾਇਸ਼ ਹੋਵੇਗੀ। ਹਾਂਜੀ। ਅਗਰ ਆਪਣਾ ਕੋਈ ਵੀਰ ਦੋਸਤ ਬਿਆਨਾ ਕਰਵਾਉਂਦਾ 50,000 ਕਰਵਾਵੇ, ਆ ਕੇ ਮੈਂ ਸੂਨ ਤੋਂ ਬਾਅਦ ਲੈ ਜਾਣੀ ਤਾਂ ਹੋ ਜਾਏਗਾ? ਇਨਸ਼ਾਅੱਲਾ, ਹਰ ਚੀਜ਼ ਦੀ ਗਰੰਟੀ ਆਪਣੀ। 3,90,000 ਰੁਪਏ ਡਿਮਾਂਡ ਜੇ ਦਿਹਾੜੇ ਕਰਦੀ ਜਨਾਬ 8 ਤੇ ਜਰਸੀ ਤੇ ਫਰੀਦਿਨ ਦਾ ਕਰਾ ਤੇ ਲੈਣੇ ਦੇਣੇ ਜਨਾਬ ਨਸੀਬ। ਸਾਡਾ ਵਟਸਐਪ ਤੇ ਰਾਬਤਾ ਨੰਬਰ ਨੋਟ ਕਰੋ 0322-7087-633, ਫਿਰ ਨੋਟ ਕਰੋ 0322-7087-633, ਇਹ ਜਨਾਬ ਸਾਡਾ ਰਾਬਤਾ ਨੰਬਰ ਹੈ, ਇਹ ਸਾਡਾ ਵਟਸਐਪ ਨੰਬਰ ਹੈ।